ਹਾਂਜੀ ਦੋਸਤੋ, ਮੈਂ ਸਨੀ ਜੋੜਾ, ਸਨੇਕ ਕੈਚਰ ਬਠਿੰਡਾ ਤੋਂ, ਅਤੇ ਅੱਜ ਗ੍ਰੀਨ ਸਿਟੀ ਦੇ ਵਿੱਚ ਇੱਥੇ ਸੱਪ ਹੈਗਾ। ਆਹ ਜਿਹੜੀਆਂ ਆਪਾਂ ਪੌੜੀਆਂ ਥੱਲੇ ਅਲਮਾਰੀਆਂ ਬਣਵਾ ਲੈਂਦੇ ਹੈਗੇ, ਇਹ ਅਲਮਾਰੀਆਂ ਦੇ ਵਿੱਚ ਕਈ ਵਾਰੀ ਸਪੇਸ ਰਹਿ ਜਾਂਦੀ ਹੈ ਅਤੇ ਇਹਦੇ ਵਿੱਚ ਸੱਪ ਬੈਠ ਜਾਂਦਾ। ਕਿ ਰੀਜ਼ਨ ਇਹ ਹੈ ਕਿ ਠੰਡੀ ਹੁੰਦੀ ਹੈ ਥਾਂ, ਅਤੇ ਦੂਸਰਾ ਇੱਥੇ ਅਸੀਂ ਸਫਾਈ ਨਹੀਂ ਕਰਦੇ, ਜਿਹੜਾ ਸਭ ਤੋਂ ਵੱਡੀ ਗੱਲ ਹੈ, ਸਫਾਈ ਨਾ ਕਰਨ ਕਰਕੇ ਇੱਥੇ ਜਾਨਵਰ ਬੈਠਦੇ ਹੈ। ਚਲੋ ਕੱਢਦੇ ਹਾਂ, ਇਹਦੇ ਵਿੱਚੋਂ ਦੇਖਦੇ ਹਾਂ ਕੀ ਨਿਕਲਦਾ ਹੈਗਾ। ਪਹਿਲਾਂ ਪਾਣੀ ਪੀ ਲਈਏ ਜੀ ਆਪਾਂ। ਬਸ ਮੇਰਾ ਪੁੱਤ ਸਭਨੇ ਬੱਚਾ ਤੂੰ ਫਿਲਹਾਲ। ਓਏ ਦੋਸਤੋ, ਇੰਡੀਅਨ ਡੈਡਸ ਨੇ ਤੇ ਤੈਨੂੰ ਕਾਬੂ ਕਰ ਲਿਆ ਤੇ ਲੈ ਚੱਲਦੀ ਇਹਨੂੰ 155-70-13 ਇਹ ਕੰਜ ਉਤਰੀ ਆਉਂਦੀ ਹੈ, ਦੇਖ ਸਕਦੇ ਹੋ। ਇਹ ਅਸਲ ਦੇ ਚਲਦੀ ਕੰਜ ਉਤਾਰਨ ਵਾਸਤੇ ਹੀ ਬੈਠਾ ਸੀ ਇੱਥੇ ਆ ਕੇ, ਵੀ ਤਾਂ ਕਿ ਹਾਂ ਉਤਰੀ ਆਉਂਦੀ ਹੈ ਨਾ, ਕੋਈ ਜਗ੍ਹਾ ਇਹ ਜੀ ਮਿਲ ਜੂਗੀ ਜਿੱਥੋਂ ਨੂੰ ਕੰਜ ਉਤਾਰ ਕੇ ਤੇ ਆਉਂਦਾ। ਹਾਂ ਜਗ੍ਹਾ ਵਧੀਆ ਸੀ, ਹਾਂ ਇਹ ਜੀ ਖੁਰਚ ਖੁਰਚ ਕੇ ਲਾ ਦਿੰਦਾ ਸੀ। ਹਾਏ ਕਾਹ ਯਾਰ, ਇੰਨਾ ਬਾਲ ਹੈ ਮੈਨੂੰ ਬਾਲ ਕੱਢ ਦੇ ਇਹ ਜਰੂਰ ਬਾਰ ਬਸ ਮੈਨੂੰ। ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਵੀ ਇੱਥੇ ਸੱਪ ਹੈ ਜੀ? ਕਿਹਨੇ ਦੇਖਿਆ ਸੀਗਾ? ਹਾਂਜੀ ਕਿਵੇਂ ਪਤਾ ਲੱਗਿਆ ਸੀਗਾ ਤੁਹਾਨੂੰ? ਮਾੜਾ ਇੰਟਰਵਿਊ ਕਰ ਲਓ ਜੀ ਇਹਨਾਂ ਦੇ ਵਿੱਚ, ਪਾ ਦਾਂਗੇ। ਬੋਲੋ ਬੋਲੋ। ਮੈਂ ਬਾਹਰ ਨਿਕਲੀ ਕਿ ਉਹ ਇੱਥੋਂ ਦੀ ਅੰਦਰ ਵੜੀ ਜਾਂਦਾ ਸੀ। ਉਧਰ ਤੁਸੀਂ ਆਉਂਦਾ ਹੋਇਆ ਦੇਖਿਆ ਹੈਗਾ? ਓਕੇ, ਪ੍ਰੋਪਰ ਸਾਰਾ ਦੇਖਿਆ ਤੁਸੀਂ, ਉਸ ਤੋਂ ਬਾਅਦ ਉਹ ਅੰਦਰ ਚਲਾ ਗਿਆ, ਤੁਸੀਂ ਦਰਵਾਜ਼ਾ ਬੰਦ ਕਰਤਾ। ਚਲੋ ਬਹੁਤ ਵਧੀਆ ਕੰਮ ਕੀਤਾ ਹੈਗਾ, ਜੇ ਤੁਸੀਂ ਉਹ ਦਰਵਾਜ਼ਾ ਖੁੱਲ੍ਹਾ ਛੱਡ ਦਿੰਦੇ ਤਾਂ ਸੱਪ ਇੱਥੋਂ ਨਿਕਲ ਜਾਂਦਾ, ਆਪਾਂ ਨੂੰ ਫੜਿਆ ਨਹੀਂ ਜਾਣਾ ਸੀਗਾ। ਠੀਕ ਹੈ, ਬਹੁਤ ਵਧੀਆ ਕੰਮ ਕੀਤਾ ਵੀ ਜਿਹੜਾ ਦਰਵਾਜ਼ਾ ਬੰਦ ਕਰਤਾ, ਬੰਦ ਕਰਕੇ ਮੈਨੂੰ ਫੋਨ ਕਰਤਾ ਅਤੇ ਨਾਲੇ ਨਿਗਾਹ ਰੱਖੀ।